ਵਿਦਿਆਰਥੀਓ ਦੁਆਰਾ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ। ਸਤਨਾਮ ਸਿੰਘ ਤੁਹਾਡਾ ਦੋਸਤ ਅਤੇ ਤੁਹਾਡਾ ਅਧਿਆਪਕ। ਸੋ ਆਖਰਲੀ ਤੁਹਾਡੀ ਜਿਹੜੀ ਇਹ ਘੋੜੀ ਹੈ ਸਤਿਗੁਣਾ ਕਾਰਜ ਸਵਾਇਆ, ਇਸ ਆਪਾਂ ਕਰਾਂਗੇ, ਪਰ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਸੋ ਵਿਦਿਆਰਥੀਓ, ਇਸ ਦੇ ਵਿੱਚ ਧਿਆਨ ਦੇਣਾ, ਇਮੈਜਿਨ ਜ਼ਰੂਰ ਕਰਿਆ ਕਰੋ। ਇਮੈਜਿਨ ਕਰਨ ਦੇ ਨਾਲ ਕੀ ਹੋ ਜਾਂਦਾ ਹੈ ਕਿ ਤੁਸੀਂ ਉਹ ਚੀਜ਼ ਨੂੰ ਜੀ ਲੈਂਦੇ ਹੋ, ਜਿਵੇਂ ਤੁਸੀਂ ਫਿਲਮ ਨਹੀਂ ਦੇਖਦੇ ਹੈਗੇ ਕਿ ਨਾਲ ਤੁਸੀਂ ਡਾਇਲੋਗ ਵੀ ਸੁਣਦੇ ਹੋ ਅਤੇ ਨਾਲ ਦੀ ਨਾਲ ਤੁਸੀਂ ਉਹ ਚਿੱਤਰ ਵੀ ਦੇਖਦੇ ਹੋ। ਜਸਟ ਇਮੈਜਿਨ ਕਰੋ ਕਿ ਸਿਸਟਰ ਨੇ ਅਤੇ ਭਰਜਾਈ ਨੇ ਜਿਹੜਾ ਹੈਗਾ ਲਾੜੇ ਨੂੰ, ਠੀਕ ਹੈ, ਕੁੜੀ ਨੇ ਆਪਣੇ ਭਰਾ ਨੂੰ ਅਤੇ ਭਾਬੀ ਨੇ ਆਪਣੇ ਦਿਓਰ ਨੂੰ, ਓਬੀਅਸ ਹੈ, ਸੇਮ ਲੜਕੇ ਨੂੰ, ਉਹਨੂੰ ਜਿਹੜਾ ਹੈਗਾ ਨਹਾ ਧੁਆ ਕੇ ਐਨ ਸ਼ਿੰਗਾਰ ਕੇ ਰਸਮਾਂ ਕਰਕੇ ਘੋੜੀ 'ਤੇ ਭੇਜ ਦਿੱਤਾ ਵਾ ਵਿਆਹੁਣ ਦੇ ਲਈ। ਉਸ ਤੋਂ ਬਾਅਦ ਉਹ ਰਾਹ ਦੇ ਵਿੱਚ ਜਾ ਰਿਹਾ ਵਾ, ਗਿਆ ਅਤੇ ਉਸ 'ਤੇ ਥੱਕਿਆ ਵਾ ਤਾਂ ਉਸਨੇ ਦਰਖਤ ਥੱਲੇ ਘੋੜੀ ਬੰਨ੍ਹ ਦਿੱਤੀ ਹੈ। ਉਸ ਤੋਂ ਬਾਅਦ ਉਹ ਨਹਿਰ ਦੇ ਕੋਲੋਂ ਗਿਆ, ਨਹਿਰ ਵੱਲੋਂ ਵੀ ਠੰਡੇ ਹੁਲਾਰੇ ਆਏ, ਫਿਰ ਸੱਸ ਸਹੁਰਿਆਂ ਦੀ ਗਲੀ ਦੇ ਵਿੱਚੋਂ ਗਿਆ, ਉੱਥੋਂ ਵੀ ਉਹਨੂੰ ਚੰਗੀਆਂ ਜਿਹੜੀਆਂ ਹੈਗੀਆਂ ਸੱਸ ਵੱਲੋਂ ਰਿਸਪੈਕਟ ਮਿਲੀ ਅਤੇ ਉਹਦੇ ਚਿਹਰੇ ਨੂੰ ਚੁੰਮਿਆ ਗਿਆ। ਭਾਵ ਇਹਦੇ ਵਿੱਚ ਇੱਕ ਭਾਵ ਇਹ ਹੈ ਕਿ ਐਂਡ ਦੇ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਪਰਮਾਤਮਾ ਸਤਿਗੁਰਾਂ ਕਾਜ ਸਵਾਰਿਆ ਹੈ। ਸਵਾਰਿਆ ਮਤਲਬ ਹੈ ਸਹੀ ਕੀਤਾ ਹੈ। ਜੇਕਰ ਪਰਮਾਤਮਾ ਨੇ ਆਪਣੀ ਬਲੈਸਿੰਗ ਨਾ ਦਿੱਤੀ ਹੁੰਦੀ ਤਾਂ ਇਹ ਕੰਮ ਨਹੀਂ ਸਵਾਰਿਆ ਜਾਣਾ ਸੀ। ਭੈਣ ਅਤੇ ਭਾਬੀ ਨੇ ਲਾੜਾ ਬਣਾ ਕੇ ਭੇਜ ਦਿੱਤਾ, ਪਰ ਪਰਮਾਤਮਾ ਦੇ ਕਰਕੇ ਸਾਰਾ ਕਾਰਜ ਸਵਾਰਿਆ ਗਿਆ। ਤੁਸੀਂ ਦੇਖਿਆ ਹੋਵੇਗਾ, ਅੱਜ ਕੱਲ੍ਹ ਅਗਰ ਮਾਡਰਨ ਜ਼ਮਾਨੇ ਦੇ ਵਿੱਚ ਆਪਾਂ ਗੱਲ ਕਰੀ ਜਾਵਾਂ ਤਾਂ ਗਾਣਾ ਚੱਲਦਾ ਹੁੰਦਾ ਹੈ ਡੀਜੇ ਦੇ ਉੱਤੇ, ਆਵੀਂ ਬਾਬਾ ਨਾਨਕਾ ਤੂੰ ਆਵੀਂ ਬਾਬਾ ਨਾਨਕਾ, ਇਹੋ ਜਿਹੀਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ, ਇਹੋ ਜਿਹੀਆਂ। ਹਰ ਧਰਮ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੇ ਆਪਣੇ ਜਿਹੜੇ ਹੈਗੇ ਗੁਰੂ ਪੀਰਾਂ ਮਹਾਰਾਜਾਂ ਨੂੰ ਮੰਨਦੇ ਨੇ। ਇਸੇ ਤਰੀਕੇ ਦੇ ਨਾਲ ਸਤਿਗੁਰਾਂ ਨੇ, ਪਰਮਾਤਮਾ ਨੇ ਕਾਰਜ ਸਵਾਰਿਆ ਤਾਂ ਕਰਕੇ ਹੋਇਆ। ਸੋ ਇੱਕ ਸਿਸਟਰ ਜਿਹੜੀ ਹੈਗੀ ਆ, ਭੈਣ ਜਿਹੜੀ ਹੈਗੀ ਆ, ਆਪਣੀ ਮਾਂ ਨੂੰ ਕੀ ਕਹਿ ਰਹੀ ਹੈ, ਜੇ ਵੀਰ ਆਇਆ ਮਾਏ ਲੰਮੀ ਲੰਮੀ ਰਾਹੀ ਨਹੀਂ, ਘੋੜਾ ਤਾਂ ਵੱਧਾ ਵੀਰ ਨੇ ਹੇਠ ਫਲਾਹੀ ਨਹੀਂ। ਫਲਾਹੀ ਇੱਕ ਫਲਾਹੀ ਦਾ ਰੁੱਖ ਹੈ, ਫਲਾਹਾਰੀ ਜਿਹੜਾ ਹੁੰਦਾ। ਆਪਣੀ ਮਾਂ ਨੂੰ ਕਹਿ ਰਹੀ ਹੈ ਕਿ ਅਸੀਂ ਜਿਹੜਾ ਹੈਗਾ, ਮੇਰਾ ਵੀਰਾ ਜਿਹੜਾ ਹੈਗਾ ਘੋੜੀ ਲੰਮੇ ਰਾਹਾਂ ਦੇ ਉੱਤੇ ਲੈ ਕੇ ਗਿਆ, ਜਦੋਂ ਥੱਕ ਗਿਆ ਤਾਂ ਉਹਨੇ ਫਲਾਹੀ ਦੇ ਰੁੱਖ ਦੇ ਉੱਤੇ ਘੇੜੇ ਘੋੜੀ ਜਿਹੜੀ ਹੈਗੀ ਆ ਉਸ ਨੂੰ ਬੰਨ੍ਹ ਦਿੱਤਾ। ਭੈਣਾਂ ਨੇ ਵੀਰ ਸ਼ਿੰਗਾਰਿਆ ਹੀ, ਭੈਣ ਨੇ ਵੀਰ ਨੂੰ ਸ਼ਿੰਗਾਰ ਕੇ ਭੇਜਿਆ ਹੀ, ਭੈਣਾਂ ਨੇ ਵੀਰ ਸ਼ਿੰਗਾਰਿਆ ਹੀ, ਭਾਬੀਆਂ ਦੇਵਰ ਘੋੜੀ ਚਾੜਿਆ ਹੀ, ਅਤੇ ਭਾਬੀ ਨੇ ਦੇਵਰ ਨੂੰ ਘੋੜੀ 'ਤੇ ਚੜਾਇਆ ਹੈ। ਇਹ ਸਾਰਾ ਕਾਰਜ ਜਿਹੜਾ ਹੋਇਆ ਇਹ ਸਤਿਗੁਰੂ ਪਰਮਾਤਮਾ ਦੇ ਹੱਥੋਂ ਹੀ ਕਾਰਜ ਸੰਵਾਰਿਆ ਗਿਆ ਹੈ। ਜੇ ਵੀਰ ਆਇਆ ਮਾਏ ਨਦੀ ਕਿਨਾਰੇ ਨਹੀਂ, ਨਦੀ ਤਾਂ ਦਿੰਦੀ ਵੀਰ ਨੂੰ ਠੰਡੇ ਹੁਲਾਰੇ ਨਹੀਂ। ਉਸ ਤੋਂ ਬਾਅਦ ਕੀ ਕਹਿੰਦੀ ਮਾਏ, ਉਸ ਤੋਂ ਬਾਅਦ ਜਿਹੜਾ ਮੇਰਾ ਵੀਰ ਹੈ ਉਹ ਨਦੀ ਦੇ ਕਿਨਾਰੇ ਜਦੋਂ ਗਿਆ ਨਾ ਤਾਂ ਨਦੀ ਦੇ ਪਾਣੀ ਨੇ ਵੀ ਠੰਡੇ ਠੰਡੇ ਹੁਲਾਰੇ ਦਿੱਤੇ ਨੇ, ਠੰਡੀ ਠੰਡੀ ਹਵਾ ਹੀ ਉੱਧਰੋਂ ਆਈ ਹੈ। ਭੈਣ ਨੇ ਫਿਰ ਦੁਬਾਰਾ ਰਿਪੀਟ ਆਇਆ, ਭੈਣ ਨੇ ਵੀਰ ਸ਼ਿੰਗਾਰਿਆ ਅਤੇ ਭਾਬੀਆਂ ਨੇ ਘੋੜੀ 'ਤੇ ਚਾੜਿਆ ਹੀ, ਪਰ ਪਰਮਾਤਮਾ ਦੇ ਬਲੈਸਿੰਗ ਕਰਕੇ ਹੀ ਸਾਰਾ ਕਾਜ ਵਿਆਹ ਜਿਹੜਾ ਸਵਾਰੇ। ਕਾਜ ਮਤਲਬ ਵਿਆਹ। ਜੇ ਵੀਰ ਆਇਆ ਮਾਏ ਸਹੁਰੇ ਦੀ ਗਲੀ ਨਹੀਂ, ਸੱਸ ਦਾ ਚੁੰਮੇ ਵੀਰ ਦੇ ਸਿਹਰੇ ਦੀਆਂ ਕਲੀਆਂ ਨਹੀਂ, ਭੈਣ ਨੇ ਵੀਰ ਸ਼ਿੰਗਾਰਿਆ ਹੀ, ਭੈਣ ਨੇ ਵੀਰ ਸ਼ਿੰਗਾਰਿਆ ਮਾਏ, ਭਾਬੀਆਂ ਦੇ ਵਰ ਘੋੜੀਆਂ ਚਾੜਿਆ। ਸੇਮ ਰਿਪੀਟ ਹੁੰਦੀ ਹੈ ਤਾਲ 'ਤੇ ਲੈ ਵਾਸਤੇ, ਪਰ ਸਤਿਗੁਰਾਂ ਕਾਜ ਸਵਾਰੇ। ਕਾਜ ਮਤਲਬ ਵਿਆਹ। ਫਿਰ ਕਹਿੰਦੀ ਹੈ ਭੈਣ ਆਪਣੀ ਮਾਂ ਨੂੰ ਕਿ ਜਦੋਂ ਮੇਰਾ ਵੀਰ ਸਹੁਰੇ ਦੀ ਗਲੀ ਦੇ ਵਿੱਚ ਲੰਘਿਆ ਤਾਂ ਸੱਸ ਨੇ ਵੀਰ ਦੇ ਸਿਹਰੇ ਦੀਆਂ ਕਲੀਆਂ ਝੁੰਮੀਆਂ, ਅਤੇ ਭੈਣ ਨੇ ਸ਼ਿੰਗਾਰ ਕੇ ਭੇਜਿਆ ਸੀ ਅਤੇ ਭਾਬੀ ਨੇ ਘੋੜੀ 'ਤੇ ਚੜ੍ਹਾ ਕੇ ਭੇਜਿਆ ਸੀ, ਪਰ ਇਹ ਸਾਰਾ ਕੰਮ ਪਰਮਾਤਮਾ ਦੀ ਬਲੈਸਿੰਗ ਦੇ ਕਰਕੇ ਹੋਇਆ ਵਾ। ਉਸ ਤੋਂ ਬਾਅਦ ਇਹਦੇ 'ਤੇ ਆਧਾਰਿਤ ਕੁਐਸਚਨ ਦੇਖੋ। ਲੋਕ ਗੀਤ ਇਹ ਕਾਵਿ ਸੱਤਾ ਕਿਸ ਲੋਕ ਗੀਤ ਵਿੱਚ ਲਈਆਂ ਗਈਆਂ ਨੇ? ਸਤਿਗੁਰਾਂ ਕਾਜ ਸਵਾਰਿਆ ਹੀ, ਵੀਰ ਨੂੰ ਘੋੜੀ, ਘੋੜੀ ਕਿੱਥੇ ਬੰਨਿਆ? ਫਲਾਹੀ ਦੇ ਰੁੱਖ ਹੇਠ। ਵੀਰ ਦਾ ਸ਼ਿੰਗਾਰ ਕਿਹਨੇ ਕੀਤਾ? ਭੈਣ ਨੇ। ਘੋੜੀ ਕਿਸਨੇ ਚੜ੍ਹਾਇਆ? ਭਾਬੀ ਨੇ। ਕਾਜ ਕਿਸਨੇ ਸਵਾਰਿਆ? ਸਤਿਗੁਰਾਂ ਨੇ। ਸੋ ਆਹ ਜਿਹੜਾ ਕੁਐਸਚਨ ਹੈ, ਅੰਕਿਤ ਭਾਵ, ਇਹਦੇ 'ਚ ਇਹ ਹੈ ਕਿ ਸਾਰਾ ਕੁਛ ਦੱਸਿਆ ਗਿਆ ਕਿ ਸਿਸਟਰ ਦੱਸਦੀ ਹੈ ਕਿ ਕਿਸ ਤਰੀਕੇ ਦੇ ਨਾਲ ਉਸਨੇ ਆਪਣੇ ਬ੍ਰਦਰ ਨੂੰ ਜਿਹੜਾ ਹੈ ਲਾੜਾ ਬਣਾ ਕੇ ਸ਼ਿੰਗਾਰ ਕੇ ਭੇਜਿਆ, ਅਤੇ ਭਾਬੀ ਨੇ ਘੋੜੀ ਦੇ ਉੱਤੇ ਚੜ੍ਹਾ ਕੇ ਭੇਜਿਆ, ਉਹ ਸਾਰੀਆਂ ਚੀਜ਼ਾਂ। ਪਰ ਉਹ ਇਹ ਵੀ ਦੱਸਿਆ ਕਿ ਪਰਮਾਤਮਾ ਦੀ ਬਲੈਸਿੰਗ ਤੋਂ ਬਿਨਾਂ ਇਹ ਜਿਹੜਾ ਕਾਜ ਸਵਾਰਿਆ ਨਹੀਂ ਜਾ ਸਕਦਾ ਸੀ। ਸੋ ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਇਸ ਘੋੜੀ ਨੂੰ ਚੰਗੇ ਤਰੀਕੇ ਦੇ ਨਾਲ ਸਮਝ ਗਏ ਹੋਵੋਗੇ। ਲਾਸਟ ਦੇ ਵਿੱਚ ਸਤਿਗੁਰਾਂ ਕਾਜ ਸਵਾਰਿਆ ਤੋਂ ਭਾਵ ਕੀ ਹੈ, ਜਿਹੜਾ ਮੈਂ ਪਹਿਲਾਂ ਦੱਸ ਦਿੱਤਾ ਕਿ ਸਤਿਗੁਰਾਂ ਦੀ ਕਿਰਪਾ ਨਾਲ ਹੀ ਵਿਆਹ ਦਾ ਕਾਰਜ ਹੋਇਆ, ਕਿਉਂਕਿ ਦੂਰ ਲੰਮੇ ਪੈਂਡੇ ਦੇ ਵਿੱਚ ਗਿਆ ਵਾ, ਸਾਰਾ ਰਸਤਾ ਠੀਕ ਠਾਕ ਆ ਗਿਆ, ਸਹੁਰਿਆਂ ਨੇ ਵੀ ਆਦਰ ਸਨਮਾਨ ਕੀਤਾ। ਆਈ ਹੋਪ ਤੁਸੀਂ ਚੰਗੇ ਤਰੀਕੇ ਨਾਲ ਸਮਝ ਗਏ ਹੋਵੋਗੇ। ਇਹ ਸੀ ਤੁਹਾਡੀ ਅਖੀਰਲੀ, ਤੁਹਾਡੀ ਲਾਜ਼ਮੀ ਪੰਜਾਬੀ 11 ਦੇ ਵਿੱਚ ਦਰਜ 5ਵੀਂ ਘੋੜੀ, ਜਿਸ ਨੂੰ ਕਿ ਆਪਾਂ ਇੱਥੇ ਹੀ ਅੱਜ ਖਤਮ ਕਰ ਰਹੇ ਹਾਂ। ਮੈਨੂੰ ਉਮੀਦ ਹੈ ਕਿ ਚੰਗੇ ਤਰੀਕੇ ਨਾਲ ਸਮਝ ਗਏ ਹੋਵੋਗੇ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਗੋਡ ਬਲੈਸ, ਖੁਸ਼ ਰਹੋ। ਸੋ ਸਤਿਗੁਰਾਂ ਕਾਜ ਰਚਾਇਆ ਦੇ MCQs ਨੇ ਹੇਠਲੇ ਕਾਵਿ ਰੂਪਾਂ ਵਿੱਚੋਂ ਕਿਹੜਾ ਕਾਵਿ ਰੂਪ ਲੋਕ ਸਾਹਿਤ ਨਹੀਂ ਹੈ? ਕਿੱਸਾ। ਬਾਕੀ ਸਾਰੇ ਲੋਕ ਸਾਹਿਤ ਨੇ, ਲੋਕ ਸਾਹਿਤ ਜਿਹੜਾ ਦਾ ਰੂਪ ਨੇ ਲੋਕ ਕਾਵਿ ਦਾ। ਸਤਿਗੁਰਾਂ ਕਾਜ ਰਚਾਇਆ ਈ ਘੋੜੀ ਵਿੱਚ ਵੀਰ ਨੇ ਫਲਾਹੀ ਹੇਠਾਂ ਕੀ ਬੰਨਿਆ ਹੈ? ਘੋੜਾ, ਘੋੜੀ,
ਸਤਿਗੁਰਾਂ ਕਾਜ ਰਚਾਇਆ ਘੋੜੀ ਵਿੱਚ ਵਿਅੰਤ ਨੂੰ ਘੋੜੀ ਕੌਣ ਚੜ੍ਹਦੀਆਂ ਨੇ ਭਰਜਾਈਆਂ ਸਜਾਉਂਦਾ ਕੌਣ ਹੈ ਸਿਸਟਰ ਸਿਰੇ ਦੀਆਂ ਕਲੀਆਂ ਕੌਣ ਚੁੰਮਦਾ ਹੈ ਸੱਸ ਵੀਰ ਨਦੀ ਵੀਰ ਨੂੰ ਕੀ ਦਿੰਦੀ ਹੈ ਠੰਡੇ ਹੁਲਾਰੇ ਸਤਿਗੁਰਾਂ ਕਾਜ ਰਚਾਇਆ ਈ ਸਵਾਰਿਆ ਈ ਘੋੜੀ ਵਿੱਚ ਵੀਰ ਨੂੰ ਕੌਣ ਸ਼ਿੰਗਾਰਦਾ ਹੈ ਭੈਣਾ ਸਤਿਗੁਰਾਂ ਕਾਜ ਸਵਾਰਿਆ ਈ ਕਾਵਰੂ ਕਿਹੜਾ ਹੈ ਘੋੜੀ ਰਾਹੀਂ ਸ਼ਬਦ ਦਾ ਅਰਥ ਹੈ ਰਸਤੇ ਸਿਸਟਰ ਬੇਟਾ ਸੰਵਾਰਦੀ ਹੈ ਭਾਬੀ ਜਿਹੜੀ ਹੈ ਘੋੜੀ ਚੜ੍ਹਾਉਂਦੀ ਹੈ ਨਦੀ ਜਿਹੜੀ ਹੈ ਠੰਡੇ ਹੁਲਾਰੇ ਦਿੰਦੀ ਹੈ ਸੱਸ ਜਿਹੜੀ ਹੈ ਉਹਦੀਆਂ ਲੜੀਆਂ ਨੂੰ ਚੁੰਮਦੀ ਹੈ ਘੋੜੀ ਜਿਹੜੀ ਹੈ ਉਹ ਫਲਾਹੀ ਦਰਖਤ ਦੇ ਥੱਲੇ ਬਣਦਾ ਹੈ।